ਧਰਮ ਅਤੇ ਵਿਰਸਾ ਕਲੱਬ ਪੰਜਾਬ ਵੱਲੋਂ ਕੁਰਾਹੇ ਪੈ ਚੁੱਕੇ ਨੌਜਵਾਨਾਂ ਨੂੰ ਦੁਬਾਰਾ ਮੁੱਖ ਧਾਰਾ ਨਾਲ ਜੋੜਨ ਅਤੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਕਰਵਾਉਣ ਦੀ ਫਿਲਮ ਚਾਰ ਸਾਹਿਬਜ਼ਾਦੇ ਗੁਰਦੁਆਰਾ ਗੁਰੂ ਨਾਨਕ ਸੇਵਕ ਸਭਾ ਨਿਰੰਕਾਰੀ ਮੁਹੱਲਾ ਮਿਲਰਗੰਜ ਲੁਧਿਆਣਾ ਵਿਖੇ ਦਿਖਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਗੁਰਦੁਆਰਾ ਸ਼ਹੀਦਾਂ ਫੇਰੂਮਾਨ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਅਤੇ ਇਲਾਕਾ ਕੌਂਸਲਰ ਇਕਬਾਲ ਸਿੰਘ ਸੋਨੂ ਡੀਕੇ ਤੋਂ ਇਲਾਵਾ ਯੂਨਾਈਟਿਡ ਯੂਥ ਫੈਡਰੇਸ਼ਨ ਦੇ ਪ੍ਰਧਾਨ ਸੁਣ ਸਿੰਘ ਗੋਗਾ ਵੀ ਪੁੱਜੇ। ਇਸ ਮੌਕੇ ਲਾਇਲਪੁਰੀ ਅਤੇ ਗੋਗਾ ਨੇ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਭਰਿਆ ਇਤਿਹਾਸ ਹੈ। ਧਰਮ ਅਤੇ ਵਿਰਸਾ ਕਲੱਬ ਵੱਲੋਂ ਬੱਚੇ ਬੱਚੀਆਂ ਅਤੇ ਪਰਿਵਾਰਾਂ ਨੂੰ ਚਾਰ ਸਾਹਿਬਜ਼ਾਦੇ ਫਿਲਮ ਦਿਖਾਉਣ ਦਾ ਉਪਰਾਲਾ ਸ਼ਲਾਘਾਯੋਗ ਹੈ, ਕਿਉਂਕਿ ਇਸ ਨਾਲ ਵੇਖਣ ਆਏ ਲੋਕ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਤੋਂ ਜਾਣੂ ਹੋਣਗੇ। ਹੋਰਨਾਂ ਤੋਂ ਇਲਾਵਾ ਕਲੱਬ ਦੇ ਮੁੱਖ ਸੇਵਾਦਾਰ ਸਰੂਪ ਸਿੰਘ ਮਠਾੜੂ, ਚੇਅਰਮੈਨ ਇੰਦਰਪ੍ਰੀਤ ਸਿੰਘ ਟਿਵਾਣਾ, ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ ਟਿਵਾਣਾ, ਮਨਜੀਤ ਸਿੰਘ ਨੈਪਸਨ ਅਤੇ ਬੀਬਾ ਹਰਵਿੰਦਰ ਕੌਰ ਪਿੰਦਾ ਵੀ ਹਾਜ਼ਰ ਸਨ। ਇਹਨਾਂ ਦੋਹਾਂ ਨੂੰ ਬਾਹਰ ਕੱਢੋ। ਧਰਮ ਅਤੇ ਵਿਰਸਾ ਕਲੱਬ ਵੱਲੋਂ ਚਾਰ ਨੰਬਰ ਗੁਰਦੁਆਰਾ ਚਾਰ ਗਲੀ ਨੰਬਰ 4 ਦੇ ਵਿੱਚ ਇਹ ਚਾਰ ਸਾਹਿਬਜ਼ਾਦਿਆਂ ਦੀ ਜੋ ਫਿਲਮ ਦਿਖਾਈ ਗਈ ਹੈ, ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਔਰ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦਾ ਬਹੁਤ ਵੱਡਾ ਉਪਰਾਲਾ ਹੈ ਔਰ ਜੋ 13 ਪੋਹ ਦਾ ਦਿਨ ਇਸ ਸਿੱਖ ਸੰਗਤ 'ਤੇ ਜੋ ਹਿਸਟਰੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਾ ਕੇ ਦੀਵਾਰਾਂ ਦੇ ਵਿੱਚ ਚਿਣਾ ਕੇ ਸ਼ਹੀਦ ਕੀਤਾ ਗਿਆ ਹੈ ਔਰ ਇਹ ਮੁਗਲ ਸਲਤਨਤ 'ਤੇ ਇੱਕ ਮੂੰਹ ਕਾਲਾ ਕਰਨ ਵਾਲੀ ਗੱਲ ਹੋਈ ਹੈ ਔਰ ਸਿੱਖ ਕੌਮ ਦੀ ਬਹੁਤ ਵੱਡੀ ਜਿੱਤ ਅਸੀਂ ਇਸ ਨੂੰ ਕਹਿੰਦੇ ਹਾਂ, ਕਿਉਂਕਿ ਜਿਸ ਦਿਨ ਛੋਟੇ ਛੋਟੇ ਸਾਹਿਬਜ਼ਾਦਿਆਂ ਨੇ ਇਹ ਸਾਬਤ ਕਰ ਦਿੱਤਾ ਕਿ ਸਿੱਖ ਕੌਮ ਇੱਕ ਚੜ੍ਹਦੀ ਕਲੇ ਵਾਲੀ ਕੌਮ ਹੈ ਜਿਸ ਦੀਆਂ ਨੀਹਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਮਾਤਾ ਗੁਜਰੀ ਜੀ ਦਾ, ਇਹ ਸ਼ਹਾਦਤਾਂ ਸਿੰਘਾਂ ਦੀਆਂ ਸ਼ਹਾਦਤਾਂ ਔਰ ਸ਼ਹੀਦਾਂ ਦੀਆਂ ਜੋ ਕੁਰਬਾਨੀਆਂ ਹੋਈਆਂ ਹਨ ਉਹਨਾਂ ਨਾਲ ਇਸ ਕੌਮ ਦੀਆਂ ਜੜ੍ਹਾਂ ਮਜ਼ਬੂਤ ਹੋਈਆਂ ਹਨ ਔਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਇਹ ਅਰਦਾਸ ਬੇਨਤੀ ਕਰਦਾ ਹਾਂ ਕਿ ਹਮੇਸ਼ਾ ਹੀ ਆਪਣੀ ਸਿੱਖ ਕੌਮ ਨੂੰ ਚੜ੍ਹਦੀਆਂ ਕਲਾਂ 'ਚ ਰੱਖਣ। ਅੱਜ ਅਸੀਂ ਧਰਮ ਅਤੇ ਵਿਰਸਾ ਕਲੱਬ ਪੰਜਾਬ ਵੱਲੋਂ ਸੰਗਤਾਂ ਅਤੇ ਇਸ ਇਲਾਕੇ ਦੇ ਸਹਿਯੋਗ ਸਦਕਾ ਫਿਲਮ ਚਾਰ ਸਾਹਿਬਜ਼ਾਦੇ ਦਿਖਾਉਣ ਦਾ ਇੱਕ ਉਪਰਾਲਾ ਕੀਤਾ। ਅੱਗੇ ਵੀ ਅਸੀਂ ਧਰਮ ਦੇ ਪ੍ਰਤੀ ਜੋ ਹੋ ਸਕਦਾ ਅਸੀਂ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਾਂ। ਐਸੀਆਂ ਅਜਿਹੀਆਂ ਫਿਲਮਾਂ ਸਮਾਜ ਲਈ ਇੱਕ ਬੜੀ ਵੱਡੀ ਦੇਣ ਨੇ। ਅਸੀਂ ਖਾਸ ਤੌਰ 'ਤੇ ਜਿਹੜੇ ਕਿ ਫਿਲਮ ਦੇ ਨਿਰਦੇਸ਼ਕ ਹੈਰੀ ਬਵੇਜਾ ਜੀ ਨੇ, ਉਹਨਾਂ ਦਾ ਸਮੁੱਚੀ ਪੰਜਾਬ ਹੀ ਨਹੀਂ ਲੇਕਿਨ ਬਲਕਿ ਜਿੱਥੇ ਤੱਕ ਵੀ ਸਿੱਖੀ ਦੀ ਸੰਗਤ ਵੱਸਦੀ ਹੈ ਉਹਨਾਂ ਵੱਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਇਸ ਫਿਲਮ ਨੇ ਇੱਕ ਬੜਾ ਵੱਡਾ ਮੈਸੇਜ ਦਿੱਤਾ ਬੱਚਿਆਂ ਨੂੰ, ਨਵੀਂ ਜਨਰੇਸ਼ਨ ਨੂੰ ਸੇਧ ਦੇਣ ਲਈ, ਜਿਸ ਅਸੀਂ ਜਿਹੜਾ ਕਿ ਲਿਟਰੇਚਰ ਦੇ ਰਾਹੀਂ ਜੋ ਗਿਆਨ ਮਿਲਦਾ, ਉਸ ਤੋਂ ਇਲਾਵਾ ਵੀਡੀਓ ਦੇ ਰਾਹੀਂ ਜਿਹੜਾ ਇਸ ਪਿਕਚਰ ਨੇ ਸਿੱਖ ਧਰਮ ਦਾ ਜੋ ਪ੍ਰਚਾਰ ਕੀਤਾ, ਜੋ ਸਿੱਖ ਧਰਮ ਨੂੰ ਪ੍ਰਮੋਟ ਕੀਤਾ, ਅਸੀਂ ਵਿਸ਼ੇਸ਼ ਤੌਰ 'ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ। ਅੱਜ ਅਸੀਂ ਧਰਮ ਅਤੇ ਵਿਰਸਾ ਕਲੱਬ ਪੰਜਾਬ ਕਨਿਓਂ ਸਾਰੀ ਸੰਗਤ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਹੈ, ਜਿਹੜੀ ਸਾਡੇ ਗੁਰੂ ਸਾਹਿਬਾਨ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦੇ ਹਾਂ, ਜਿਹੜਾ ਪਰਿਵਾਰ ਉਹਨਾਂ ਨੇ ਸਾਰੇ ਸਿੱਖ ਕੌਮ ਦੇ ਵਾਸਤੇ ਪਰਿਵਾਰ ਵਾਰ ਦਿੱਤਾ, ਉਸ ਨੂੰ ਅੱਜ ਯਾਦ ਕਰਦੇ ਹਾਂ। ਚਾਰ ਸਾਹਿਬਜ਼ਾਦੇ ਦੀਆਂ ਫਿਲਮ ਦਿਖਾਈ ਆ ਤਾਂ ਕਿ ਸੰਗਤ ਨੂੰ ਇਹ ਪ੍ਰੇਰਣਾ ਮਿਲ ਸਕੇ, ਬੱਚਿਆਂ ਨੂੰ ਸਾਡੇ ਪ੍ਰੇਰਣਾ ਮਿਲ ਸਕੇ ਤਾਂ ਕਿ ਸਿੱਖੀ ਧਰਮ ਨਾਲ ਜੁੜ ਸਕਣ, ਸਿੱਖੀ ਇਤਿਹਾਸ ਬਾਰੇ ਇਹਨਾਂ ਨੂੰ ਜਾਣੂ ਕਰਵਾਇਆ ਜਾ ਸਕੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਵਿਕਾਸ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।